ਸਤਿ ਸ਼੍ਰੀ ਅਕਾਲ ਜੀ, ਮੈਂ ਲਕਸ਼ਦਾ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਤੇ ਇਹ ਗੱਲ ਬਿਲਕੁਲ ਸੱਚ ਹੈ ਕਿ ਅੱਜ ਦੇ ਜ਼ਮਾਨੇ 'ਚ ਜੇਕਰ ਤੁਹਾਡੇ ਕੋਲ ਸਭ ਕੁਝ ਹੈ ਤਾਂ ਲੋਕ ਤੁਹਾਨੂੰ ਪੁੱਛਣਗੇ, ਤੁਹਾਡੇ ਅੱਗੇ ਪਿੱਛੇ ਘੁੰਮਣਗੇ, ਤੁਹਾਡੇ ਨਾਲ ਗੱਲ ਕਰਨਾ ਪਸੰਦ ਕਰਨਗੇ। ਔਰ ਜੇਕਰ ਤੁਹਾਡੇ ਕੋਲ ਕੁਝ ਨਹੀਂ ਹੈ ਤਾਂ ਤੁਹਾਡੇ ਨਾਲ ਕੋਈ ਗੱਲ ਕਰਨਾ ਪਸੰਦ ਨਹੀਂ ਕਰੇਗਾ। ਤੇ ਕੁਝ ਏਦਾਂ ਦਾ ਹੀ ਹੋਇਆ ਰਾਣੋ ਮੰਡਲ ਦੇ ਨਾਲ। ਤੁਸੀਂ ਵੀ ਦੇਖੋ ਦੈਨਿਕ ਸਵੇਰਾ ਦੀ ਖਾਸ ਰਿਪੋਰਟ। ਦਰਅਸਲ ਰਾਣੋ ਤੇ ਉਸਦੀ ਬੇਟੀ ਪਿਛਲੇ 10 ਸਾਲਾਂ ਤੋਂ ਕੰਟੈਕਟ ਨਹੀਂ ਸੀ ਤੇ ਹੁਣ ਰਾਣੋ ਮੰਡਲ ਦਾ ਸਿੰਗਿੰਗ ਵਾਲਾ ਵੀਡੀਓ ਵਾਇਰਲ ਹੋਇਆ ਤੇ ਉਹਨਾਂ ਦੀ ਰਾਤੋ ਰਾਤ ਕਿਸਮਤ ਬਦਲ ਗਈ। ਤੇ ਫਿਰ ਰਾਣੋ ਦੀ ਬੇਟੀ ਨੇ ਉਹਨਾਂ ਨਾਲ ਘਰ ਆ ਕੇ ਕੀਤੀ ਮੁਲਾਕਾਤ। ਤੁਹਾਨੂੰ ਦੱਸ ਦਈਏ ਕਿ ਇੱਕਦਮ ਮਿਲੀ ਕਾਮਯਾਬੀ ਤੋਂ ਬਾਅਦ ਜਦੋਂ ਰਾਣੋ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਸੀ। ਪਤੀ ਦੇ ਦੇਹਾਂਤ ਤੋਂ ਬਾਅਦ ਉਹ ਆਪਣੇ ਘਰ ਦਾ ਗੁਜ਼ਾਰਾ ਟ੍ਰੇਨ 'ਚ ਗਾਣਾ ਗਾ ਕੇ ਕਰਦੀ ਸੀ। ਇਹੀ ਵਜ੍ਹਾ ਸੀ ਕਿ ਉਹਨਾਂ ਦੀ ਬੇਟੀ ਉਹਨਾਂ ਨਾਲ ਗੱਲ ਨਹੀਂ ਸੀ ਕਰਦੀ। ਹਾਲਾਂਕਿ ਹੁਣ ਪਾਪੂਲੈਰਿਟੀ ਮਿਲਣ ਤੋਂ ਬਾਅਦ ਉਹਨਾਂ ਦੀ ਬੇਟੀ ਨੇ ਉਹਨਾਂ ਨਾਲ ਮਿਲਣਾ ਸ਼ੁਰੂ ਕਰ ਦਿੱਤਾ ਹੈ। ਉਹ ਕਹਿੰਦੀ ਹੈ ਕਿ ਉਹਨਾਂ ਲਈ ਸਭ ਤੋਂ ਵੱਡੀ ਕਾਮਯਾਬੀ ਹੈ ਕਿ ਉਹਨਾਂ ਦੀ ਬੇਟੀ ਨੇ ਉਹਨਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ ਤੇ ਕਿਸਮਤ ਨੇ ਰਾਣੋ ਨੂੰ ਜੋ ਮੌਕਾ ਦਿੱਤਾ ਹੈ ਇਸ ਨੂੰ ਆਪਣਾ ਦੂਜਾ ਜਨਮ ਦੱਸਦੀ ਹੈ। ਵੈਲ, ਤੁਸੀਂ ਹੁਣ ਇਸ ਨੂੰ ਕਿਸਮਤ ਦਾ ਖੇਲ ਹੀ ਕਹੋਗੇ ਕਿ ਜਿਸ ਟੈਲੈਂਟ ਕਰਕੇ ਇਹਨਾਂ ਦੀ ਬੇਟੀ ਇਹਨਾਂ ਨੂੰ ਛੱਡ ਕੇ ਗਈ ਸੀ, ਹੁਣ ਜਦੋਂ ਉਸੇ ਟੈਲੈਂਟ ਨੇ ਕਾਮਯਾਬੀ ਦਾ ਰੂਪ ਲੈ ਲਿਆ ਤਾਂ ਇਹਨਾਂ ਦੀ ਬੇਟੀ 10 ਸਾਲਾਂ ਬਾਅਦ ਇਹਨਾਂ ਨੂੰ ਮਿਲਣ ਆ ਗਈ। ਹੁਣ ਇਹ ਉਸ ਕੁੜੀ ਦਾ ਸਵਾਰਥ ਹੈ ਜਾਂ ਕੀ, ਇਹ ਤਾਂ ਉਹੀ ਜਾਣਦੀ ਹੈ। ਇਸ ਸਾਰੇ ਮਾਮਲੇ ਦੇ ਬਾਰੇ ਤੁਹਾਡੀ ਕੀ ਰਾਏ ਸਾਨੂੰ ਜ਼ਰੂਰ ਦੱਸੋ ਕਮੈਂਟ ਕਰਕੇ ਕਮੈਂਟ ਬਾਕਸ ਵਿੱਚ, ਤੇ ਹੋਰ ਲੇਟੈਸਟ ਨਵੀਂ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਹੈਲੋ ਐਵਰੀਵਨ, ਮਾਈ ਨੇਮ ਇਜ਼ ਦੇਵਾ ਸੈਟੀ, ਆਈ ਐਮ ਫਰੋਮ ਫਗਵਾੜਾ ਔਰ ਮੈਂ 25 ਸਾਲ ਕੀ ਹੂੰ। ਵਨ ਆਫ ਮਾਈ ਫਰੈਂਡ ਫਰੋਮ ਜਲੰਧਰ, ਉਹਨੇ ਮੁਝੇ ਬੋਡੀ ਫੈਟ ਕੇ ਬਾਰੇ ਮੈਂ ਬਤਾਇਆ। ਸਿਰਫ 3 ਮਹੀਨੇ ਯਹਾਂ ਪੇ ਸਪੈਂਡ ਕਰਨੇ ਕੇ ਬਾਅਦ ਮੈਨੇ ਟੋਟਲ ਵੇਟ ਲਾਸ ਯਹਾਂ ਪੇ 16 ਕੇਜੀ ਕੀਆ ਹੈ ਔਰ ਮੇਰਾ ਇੰਚ ਲਾਸ ਵੀ 70 ਪਲੱਸ ਕੀਆ ਹੈ। ਆਈ ਵੁਡ ਲਾਈਕ ਟੂ ਸੇ ਪਲੀਜ਼ ਕਮ ਹੇਅਰ ਫੋਰ ਅ ਹੈਲਦੀ ਵੇਟ ਲਾਸ ਐਂਡ ਯੂ ਵਿਲ ਸੀ ਦ ਰਿਜ਼ਲਟਸ। ਥੈਂਕ ਯੂ ਸੋ ਮਚ। ਹੋਇਆ ਖੈਰ ਹੁਆ ਸਾਡਾ ਅੱਜ ਤੋਂ।